ਘਰੇ ਵੀ ਬੰਨੇ ਹੋਏ ਸੀ। ਅੱਜ ਵਿਆਹ ਤੇਰਾ ਬਾਤ ਤੇਰਾ। ਇਹ ਬਰਾਤੀ ਸਾਰੇ ਆ ਗਏ ਹੈ। ਬਜ਼ੁਰਗ ਦਾਦੀ ਆ, ਨਾ ਮਾਂ ਆ ਨਾ ਪਿਓ ਆ। ਆ ਪਿੰਡ ਦੇ ਬਾਈ ਆ ਜਿਹੜੇ ਬੰਨ ਕੇ ਲੈ ਕੇ ਆਏ ਨੇ। ਲੋਕਾਂ ਦੇ ਜਾ ਕੇ ਵਿਆਹ ਨੂੰ ਰੋੜੇ ਮਾਰਦਾ, ਰੋੜੀ ਮਾਰਦਾ, ਇਹ ਬਹੁਤ ਤੰਗ ਕਰਦਾ ਲੋਕਾਂ ਨੂੰ। ਕਿਵੇਂ ਤੇਰਾ ਪੋਤਾ ਠੀਕ ਹੈ रणजीत? ਨਹੀਂ ਮਾਂ ਤੂੰ ਤਾਂ ਕਹਿੰਦੀ ਘਰੇ ਤੇਰਾ ਦੂਜਾ ਪੋਤਾ ਠੀਕ ਨੀ ਗਾ। ਉਹ ਲੱਤ ਟੁੱਟੀ ਮੰਜੇ ਤੇ ਬੈਠਾ, ਕੱਲ ਮਾਰਦਾ ਉਸੇ ਤਰ੍ਹਾਂ ਤੇ ਮੈਨੂੰ ਵੀ ਇੱਥੋਂ ਰੋਟੀ ਦੇ, ਮੈਂ ਵੀ ਇੱਥੇ ਹੀ ਰਹਿਣਾ। ਨਿੱਕਾ ਮੁੰਡਾ ਮੈਨੂੰ ਰੋਟੀ ਤਾਂ ਦਿੰਦਾ, ਲੀੜਾ ਕੱਪੜਾ ਵੀ ਦਿੰਦਾ। ਇੱਕ ਵਾਰੀ ਪਿਲਸਣ ਹੈ ਤੇ ਉਹ ਵੀ ਇੱਥੇ ਜਾ ਆਟੋ ਵੀ ਰੋਕ ਗਈ। ਤੇਰੀ ਵਾਰ ਵਾਰ ਜ਼ਿੰਦਗੀ ਆ, ਧੰਨਵਾਦ। ਤੇਰੀ ਵਾਰ ਵਾਰ ਜ਼ਿੰਦਗੀ ਆ ਬਈ, ਮੇਰੀ ਕਾਸੀ ਸਤਿ ਤੋਂ ਬਗਿਆ ਧੰਨਵਾਦ। ਖਿਆਲ ਨਿਕਲੇ ਮੈਂ ਲੈ ਜੂ ਕੋਈ ਨਾ ਮਾਂ, ਫਿਰ ਮੈਂ ਜਾ ਕੇ ਨਾ ਦਵਾ ਖਾਣੀ ਆ। ਮੈਂ ਗੁਜ਼ਾਰਾ ਕਰਦੀ ਫਿਰਦੀ, ਹੋਰ ਰੋਟੀ ਮੈਨੂੰ ਸਿਰਫ ਦਿੰਦਾ ਨਿੱਕਾ। ਇਹਦੇ ਮੰਮੀ ਡੈਡੀ ਕਿੱਥੇ ਗਏ रणजीत? ਦੋਨੇ ਮਰ ਗਏ ਹੈ। ਮਰ ਕੇ ਦੋਵੇਂ, ਮੇਰਾ ਆਦਮੀ ਵੀ ਨਹੀਂ ਹੈਗਾ। ਉਹ ਨਿੱਕਾ ਪੁੱਤ ਰੋਟੀ ਦਿੰਦਾ, ਲੀੜਾ ਕੱਪੜਾ ਨਹੀਂ ਦਿੰਦਾ, ਨਾ ਪੈਸਾ। ਪਿਲਸਣ ਤੇ ਗੁਜ਼ਾਰਾ ਕਰਦੀ। ਹੁਣ ਮੈਂ 20 ਕਿੱਲਿਆਂ ਦੀ ਮਾਲਕ, ਅੱਜ ਮੇਰੇ ਕੋਲ ਕੱਖ ਨਹੀਂ। ਵਾਹਿਗੁਰੂ, ਇਹ ਜਾ ਕੀ ਹੋ ਗਿਆ ਮਾਂ? ਕਿੱਧਰ ਗਿਆ ਸਾਰਾ ਕੁਛ? ਕੁਛ ਤਾਂ ਆਦਮੀ ਜੂਆ ਖੇਡਦਾ ਹੀ ਖਾ ਕੇ ਉਹ ਮਰ ਗਿਆ। ਕੁਝ ਪੁੱਤਾਂ ਨੇ ਖਾ ਲਈ, ਜਿਹੜਾ ਮਰਿਆ ਉਹਨੇ ਕੁਛ ਖਾ ਲਈ, ਕੁਛ ਬਿਮਾਰੀਆਂ ਤੇ ਝਗੜੇ। ਅੱਜ ਮੈਂ ਕੱਖਾਂ ਤੋਂ ਹੋ ਗਈ। ਕੋਈ ਨਾ ਮਾਂ, ਅਸੀਂ ਤੇਰੇ ਪੁੱਤ ਹੀ ਆ ਮਾਂ, ਤੂੰ ਮੇਰਾ ਪੁੱਤ। ਕੋਈ ਨਾ ਮਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਮੁਖਤਿਆਰ ਕੌਰ, ਪਿੰਡ ਮੱਧੜ, ਜ਼ਿਲ੍ਹਾ ਤਰਨਤਾਰਨ, ਪੱਟੀ ਦੇ ਨੇੜੇ ਪਿੰਡ ਆ ਪਿੰਡ ਮੱਧੜ। ਮਾਂ ਦੇ ਜਿਹੜੇ ਪੁੱਤ ਆ ਉਹ ਚੜ੍ਹਾਈ ਕਰ ਗਏ। ਘਰ ਵਾਲਾ ਵੀ ਚੜ੍ਹਾਈ ਕਰ ਗਿਆ, ਨੂੰਹ ਵੀ ਚੜ੍ਹਾਈ ਕਰ ਗਈ। ਗਾਂ ਪੋਤਰੇ ਆ ਦੋ, ਇੱਕ ਮੰਜੇ ਤੇ ਪਿਆ, ਉਹਦੀ ਲੱਤ ਟੁੱਟੀ ਹੋਈ ਆ। ਇਹ ਮੈਂਟਲੀ ਅਪਸੈਟ, ਸੰਗਲ ਨਾਲ ਬੰਨਿਆ ਹੋਇਆ ਸੀ ਘਰੇ रणजीत सिंह। ਹੁਣ ਠੀਕ ਹੋਇਆ ਤੇ ਇਹਨੂੰ ਜਿੱਦਣ ਮਾਂ ਲੈ ਕੇ ਆਈ, ਤੁਸੀਂ ਤਸਵੀਰਾਂ ਦੇਖ ਰਹੇ ਹੋ ਉਸ ਦਿਨ ਦੀਆਂ, ਤੇ ਅੱਜ रणजीत सिंह ਦੀਆਂ ਤਸਵੀਰਾਂ ਵੀ ਤੁਸੀਂ ਦੇਖੋ। ਅੱਗੇ ਅਖੀਰ ਤੱਕ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗੂ ਕਿੱਦਾਂ रणजीत सिंह ਸਾਡੇ ਨਾਲ ਹੁਣ ਸੇਵਾ ਕਰਾ ਰਿਹਾ, ਕਿੰਨਾ ਠੀਕ ਹੋ ਗਿਆ। ਪਰ ਅੱਜ ਦਾਦੀ ਮੁਖਤਿਆਰ ਕੌਰ ਵਿਚਾਰੀ ਬਹੁਤ ਔਖੀ ਆ। ਦੱਸਦੀ ਆ 20 ਕਿੱਲਿਆਂ ਦੀ ਮਾਲਕ ਸੀ ਮੈਂ। ਨਸ਼ਿਆਂ ਨੇ, ਜੂਏ ਨੇ, ਕੋਰਟ ਕਚਹਿਰੀਆਂ ਨੇ, ਬਿਮਾਰੀਆਂ ਨੇ ਖਤਮ ਕਰਤਾ ਸਾਰਾ ਕੁਝ। ਅੱਜ ਰੋਟੀ ਵੀ ਨਹੀਂ ਸੀ। ਹੁਣ ਕਿਰਾਇਆ ਦਵੀ, ਕੱਲ ਮੈਨੂੰ ਕੋਈ ਨਾ ਲੈ ਲਈ ਕਿਰਾਇਆ, ਮੈਨੂੰ ਕਿਰਾਇਆ ਦਵੀ। ਕੱਲ ਮੇਰਾ ਆਧਾਰ ਕਾਰਡ ਨਹੀਂ ਚੱਲਿਆ, ਜਿਹੜਾ ਫੋਟੋ ਕਾਪੀ ਸੀ ਉਹਨਾਂ ਮੇਰੀ ਬਹੁਤ ਬੇਇੱਜ਼ਤੀ ਬੱਸ 'ਚ ਕੀਤੀ। ਕੋਈ ਨਾ ਮਾਂ, ਕੋਈ ਨਾ, ਮੈਂ ਤੈਨੂੰ ਕਿਰਾਇਆ ਦੇ ਦਿੰਦਾ। ਮੈਂ ਕਿਹਾ ਮੈਂ ਪੁੱਤ ਨੂੰ ਜਾ ਕੇ ਦੱਸੀ। ਦੇਖੋ ਇਹਨਾਂ ਮਾਵਾਂ ਦਾ ਕੀ ਕਸੂਰ ਆ? ਜੇ ਸਾਡੇ ਬਾਪੂ ਬਜ਼ੁਰਗਾਂ ਨੇ ਨਸ਼ੇ ਕਰਕੇ, ਸ਼ਰਾਬ 'ਚ ਜੂਏ ਚੜਾਤਾ ਸਾਰਾ ਕੁਛ, ਇਹ ਤਾਂ ਪਹਿਲਾਂ ਰੋਟੀਆਂ ਲਾਉਂਦੀਆਂ ਰਹੀਆਂ। ਪਹਿਲਾਂ ਮਾਂ ਪਿਓ ਮੂਹਰੇ, ਫਿਰ ਭਰਾ ਮੂਹਰੇ, ਫਿਰ ਘਰ ਵਾਲੇ ਮੂਹਰੇ, ਫਿਰ ਗਾਂ ਮੁੰਡਿਆਂ ਮੂਹਰੇ, ਹੁਣ ਗਾਂ ਪੋਤਿਆਂ ਮੂਹਰੇ। ਮਤਲਬ ਮੁਖਤਿਆਰ ਦਾ ਕਸੂਰ ਕੀ ਆ? ਕੀ ਕਸੂਰ ਐ ਸਰ ਦਾਦੀ ਮੁਖਤਿਆਰ ਕੌਰ ਦਾ? ਸੋਚਿਓ ਵਿਚਾਰਿਓ, ਆਪਣੇ ਆਸ ਪਾਸ ਨਿਗਾਹ ਮਾਰਿਓ। ਵਾਹਿਗੁਰੂ ਜੀ ਕਾ ਖਾਲਸਾ। ਬਹਿ ਜਾ ਮਾਂ, ਬਹਿ ਜਾ।